ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੇਕਰ ਤੁਹਾਡੇ ਵੀ ਬੈਂਕਾਂ ਦੇ ਕੰਮਕਾਰ ਬਾਕੀ ਨੇ ਤਾਂ ਛੇਤੀ ਤੋਂ ਛੇਤੀ ਖਤਮ ਕਰ ਲਓ, ਕਿਉਂਕਿ ਮੁਲਾਜ਼ਮਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ। ਪੰਜਾਬ ਦੇ ਵਿੱਚ 2 ਦਿਨ ਬੈਂਕ ਬੰਦ ਰਹਿਣਗੇ, ਕਿਉਂਕਿ ਮੁਲਾਜ਼ਮ ਜਿਹੜੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ। ਤਾਂ ਸਹਿਕਾਰੀ ਬੈਂਕਾਂ ਨੂੰ ਲੈ ਕੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਰਮਚਾਰੀ ਯੂਨੀਅਨਾਂ ਦੇ ਵੱਲੋਂ ਹੜਤਾਲ ਦਾ ਵੱਡਾ ਐਲਾਨ ਕੀਤਾ ਗਿਆ, ਯਾਨੀ ਕਿ 24 ਅਤੇ 25 ਜਨਵਰੀ ਨੂੰ ਸਹਿਕਾਰੀ ਬੈਂਕ ਜਿਹੜੇ ਹੈ ਬੰਦ ਰਹਿਣਗੇ। ਤਾਂ ਵੱਡੀ ਖਬਰ ਹੈ 24 ਅਤੇ 25, ਯਾਨੀ ਕਿ ਅੱਜ ਅਤੇ ਕੱਲ੍ਹ ਪੰਜਾਬ ਦੇ ਵਿੱਚ ਸਹਿਕਾਰੀ ਬੈਂਕ ਬੰਦ ਰਹਿਣਗੇ, ਕੰਮਕਾਜ ਪੂਰੀ ਤਰ੍ਹਾਂ ਠੱਪ ਕੀਤਾ ਜਾਵੇਗਾ। ਯੂਨੀਅਨਾਂ ਦੇ ਵੱਲੋਂ ਜੋ ਹੈ ਹੜਤਾਲ ਦਾ ਐਲਾਨ ਕੀਤਾ ਗਿਆ, ਉਸ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਵਿੱਚ 2 ਦਿਨ ਇਹ ਹੜਤਾਲ ਕੀਤੀ ਜਾਏਗੀ। ਮੰਗ ਇੱਕੋ ਇੱਕ ਹੈ ਕਿ ਸਾਡੀਆਂ ਹੱਕੀ ਮੰਗਾਂ ਨੂੰ ਪੂਰੀਆਂ ਜਾਵੇ। ਲਗਾਤਾਰ ਜੋ ਹੈ ਵਾਅਦੇ ਕੀਤੇ ਜਾ ਰਹੇ ਸਨ, ਪਰ ਉਹਨਾਂ ਵਾਅਦਿਆਂ ਦੇ ਉੱਤੇ ਬੂਰ ਪੈਂਦਾ ਹੋਇਆ ਵਿਖਾਈ ਨਹੀਂ ਦੇ ਰਿਹਾ, ਜਿਸ ਦੇ ਮੱਦੇਨਜ਼ਰ ਹੁਣ ਕਰਮਚਾਰੀ ਯੂਨੀਅਨ ਇਸ ਵੇਲੇ ਹੜਤਾਲ ਦੇ ਉੱਤੇ ਨਿਕਲੇ ਨੇ। 2 ਦਿਨ ਦੀ ਹੜਤਾਲ ਹੈ। ਸਾਫ਼ ਤੌਰ 'ਤੇ ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾ ਸਕਦਾ। ਅੱਜ ਅਤੇ ਕੱਲ੍ਹ ਬੈਂਕ ਬੰਦ ਰਹਿਣਗੇ, ਸਹਿਕਾਰੀ ਬੈਂਕ ਜਿਹੜੇ ਹੈ ਬੰਦ ਰਹਿਣਗੇ, ਅਤੇ ਜਿਸ ਕਰਕੇ ਲੋਕਾਂ ਨੂੰ ਅਤੇ ਕਿਸਾਨ ਵੀਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਯਾਨੀ ਕਿ ਹੁਣ ਜੇਕਰ ਮੰਗਾਂ ਨੂੰ ਪ੍ਰਵਾਨ ਕਰ ਲਿਆ ਗਿਆ ਤਾਂ ਪਰਸੋਂ 26 ਜਨਵਰੀ ਨੂੰ ਜੋ ਹੈ ਛੁੱਟੀ ਹੋਣ ਕਰਕੇ ਤਕਰੀਬਨ 27 ਤਰੀਕ ਨੂੰ ਜੋ ਹੈ ਬੈਂਕ ਖੁੱਲ੍ਹਣਗੇ। ਤਾਂ 3 ਦਿਨ ਜਿਹੜੇ ਹੈ ਕੰਮ ਕਾਜ ਪੂਰੀ ਤਰ੍ਹਾਂ ਠੱਪ ਰਹੇਗਾ ਬੈਂਕਾਂ ਦਾ, ਕਿਉਂਕਿ 24 ਅਤੇ 25 ਅੱਜ ਅਤੇ ਕੱਲ੍ਹ ਹੜਤਾਲ ਦਾ ਐਲਾਨ ਕੀਤਾ ਗਿਆ, ਬੈਂਕ ਇਸ ਕਰਕੇ ਬੰਦ ਨੇ। ਜਦਕਿ 26 ਤਰੀਕ ਨੂੰ ਸਰਕਾਰੀ ਛੁੱਟੀ ਦੇ ਚੱਲਦੇ ਬੈਂਕ ਬੰਦ ਰਹਿਣਗੇ। ਤਾਂ ਅਜਿਹੇ ਦੇ ਵਿੱਚ ਲੋਕਾਂ ਨੂੰ ਕਾਫ਼ੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ, ਕਿਉਂਕਿ 3 ਦਿਨ ਲਗਾਤਾਰ ਸਹਿਕਾਰੀ ਬੈਂਕ ਬੰਦ ਰਹਿਣਗੇ। ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੇਕਰ ਤੁਹਾਡੇ ਵੀ ਬੈਂਕਾਂ ਦੇ ਕੰਮਕਾਰ ਬਾਕੀ ਨੇ ਤਾਂ ਛੇਤੀ ਤੋਂ ਛੇਤੀ ਖਤਮ ਕਰ ਲਓ, ਕਿਉਂਕਿ ਮੁਲਾਜ਼ਮਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ। ਪੰਜਾਬ ਦੇ ਵਿੱਚ 2 ਦਿਨ ਬੈਂਕ ਬੰਦ ਰਹਿਣਗੇ, ਕਿਉਂਕਿ ਮੁਲਾਜ਼ਮ ਜਿਹੜੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ। ਤਾਂ ਸਹਿਕਾਰੀ ਬੈਂਕਾਂ ਨੂੰ ਲੈ ਕੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਰਮਚਾਰੀ ਯੂਨੀਅਨਾਂ ਦੇ ਵੱਲੋਂ ਹੜਤਾਲ ਦਾ ਵੱਡਾ ਐਲਾਨ ਕੀਤਾ ਗਿਆ, ਯਾਨੀ ਕਿ 24 ਅਤੇ 25 ਜਨਵਰੀ ਨੂੰ ਸਹਿਕਾਰੀ ਬੈਂਕ ਜਿਹੜੇ ਹੈ ਬੰਦ ਰਹਿਣਗੇ। ਤਾਂ ਵੱਡੀ ਖਬਰ ਹੈ 24 ਅਤੇ 25, ਯਾਨੀ ਕਿ ਅੱਜ ਅਤੇ ਕੱਲ੍ਹ ਪੰਜਾਬ ਦੇ ਵਿੱਚ ਸਹਿਕਾਰੀ ਬੈਂਕ ਬੰਦ ਰਹਿਣਗੇ, ਕੰਮਕਾਜ ਪੂਰੀ ਤਰ੍ਹਾਂ ਠੱਪ ਕੀਤਾ ਜਾਵੇਗਾ। ਯੂਨੀਅਨਾਂ ਦੇ ਵੱਲੋਂ ਜੋ ਹੈ ਹੜਤਾਲ ਦਾ ਐਲਾਨ ਕੀਤਾ ਗਿਆ, ਉਸ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਵਿੱਚ 2 ਦਿਨ ਇਹ ਹੜਤਾਲ ਕੀਤੀ ਜਾਏਗੀ। ਮੰਗ ਇੱਕੋ ਇੱਕ ਹੈ ਕਿ ਸਾਡੀਆਂ ਹੱਕੀ ਮੰਗਾਂ ਨੂੰ ਪੂਰੀਆਂ ਜਾਵੇ। ਲਗਾਤਾਰ ਜੋ ਹੈ ਵਾਅਦੇ ਕੀਤੇ ਜਾ ਰਹੇ ਸਨ, ਪਰ ਉਹਨਾਂ ਵਾਅਦਿਆਂ ਦੇ ਉੱਤੇ ਬੂਰ ਪੈਂਦਾ ਹੋਇਆ ਵਿਖਾਈ ਨਹੀਂ ਦੇ ਰਿਹਾ, ਜਿਸ ਦੇ ਮੱਦੇਨਜ਼ਰ ਹੁਣ ਕਰਮਚਾਰੀ ਯੂਨੀਅਨ ਇਸ ਵੇਲੇ ਹੜਤਾਲ ਦੇ ਉੱਤੇ ਨਿਕਲੇ ਨੇ। 2 ਦਿਨ ਦੀ ਹੜਤਾਲ ਹੈ। ਸਾਫ਼ ਤੌਰ 'ਤੇ ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾ ਸਕਦਾ। ਅੱਜ ਅਤੇ ਕੱਲ੍ਹ ਬੈਂਕ
ਬੰਦ ਰਹਿਣਗੇ, ਸਹਿਕਾਰੀ ਬੈਂਕ ਜਿਹੜੇ ਆ ਬੰਦ ਰਹਿਣਗੇ, ਅਤੇ ਜਿਸ ਕਰਕੇ ਲੋਕਾਂ ਨੂੰ ਅਤੇ ਕਿਸਾਨ ਵੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯਾਨੀ ਕਿ ਹੁਣ ਜੇਕਰ ਮੰਗਾਂ ਨੂੰ ਪ੍ਰਵਾਨ ਕਰ ਲਿਆ ਗਿਆ ਤਾਂ ਪਰਸੋਂ 26 ਜਨਵਰੀ ਨੂੰ ਜੋ ਹੈ ਛੁੱਟੀ ਹੋਣ ਕਰਕੇ ਤਕਰੀਬਨ 27 ਤਰੀਕ ਨੂੰ ਜੋ ਹੈ ਬੈਂਕ ਖੁੱਲ੍ਹਣਗੇ, ਤਾਂ 3 ਦਿਨ ਜਿਹੜੇ ਹੈ ਕੰਮ ਕਾਜ ਪੂਰੀ ਤਰ੍ਹਾਂ ਠੱਪ ਰਹੇਗਾ ਬੈਂਕਾਂ ਦਾ, ਕਿਉਂਕਿ 24 ਅਤੇ 25 ਅੱਜ ਅਤੇ ਕੱਲ੍ਹ ਹੜਤਾਲ ਦਾ ਐਲਾਨ ਕੀਤਾ ਗਿਆ, ਬੈਂਕ ਇਸ ਕਰਕੇ ਬੰਦ ਨੇ, ਜਦਕਿ 26 ਤਰੀਕ ਨੂੰ ਸਰਕਾਰੀ ਛੁੱਟੀ ਦੇ ਚੱਲਦੇ ਬੈਂਕ ਬੰਦ ਰਹਿਣਗੇ। ਤਾਂ ਅਜਿਹੇ ਦੇ ਵਿੱਚ ਲੋਕਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ 3 ਦਿਨ ਲਗਾਤਾਰ ਸਹਿਕਾਰੀ ਬੈਂਕ ਬੰਦ ਰਹਿਣਗੇ।